ਕੁਝ ਸਿੰਗਲ ਪਰਸਨ ਇਹ ਗੱਲ ਕਹਦੇ ਵੀ ਕਿ ਬੰਤੀ ਬਾਬਾ ਜੀ ਨੇ ਕਿਸੇ ਵੀ ਰੂਪ ਵਿੱਚ ਕਿਸੇ ਤੋਂ ਪੈਸਾ ਮੰਗਿਆ। بڑے ਲੋਕ ਕਹਿੰਦੇ ਮੇਰੇ ਅੰਦਰ ਮਤ ਆ ਗਈ ਮੇਰੇ ਅੰਦਰ ਪੀਰ ਆ ਗਿਆ ਮੇਰੇ ਅੰਦਰ ਪਰਵੇਸ਼ ਹੋ ਗਿਆ ਐਸਾ ਕੁਝ ਨਹੀਂ ਹੈ। ਪਰ ਲੋਕੀ ਫਿਰ ਸਿਰ ਕਿਉਂ ਘੁਮਾਉਂਦੇ ਨੇ? بڑے ਲੋਕ ਵਿਆਹ ਵਿੱਚ ਨੱਚਦੇ ਦੇਖੋ ਤੁਸੀਂ। ਹਾਸੇ ਦੀ ਬੋਤਲ ਫੜੀ ਹੁੰਦੀ ਹੈ ਕਹਿੰਦੇ ਦੋ ਗੁੱਟ ਪਿਲਾ ਦੇ ਸਾਥੀਆ ਉੱਥੇ ਮਸਤੀ ਲੈ ਰਹੇ ਆਂ। ਅਸੀਂ ਇਹਦੇ ਨਾਮ ਦੀ ਮਸਤੀ ਲੈ ਰਹੇ ਆਂ। ਕੀ ਜਾਦੂ ਟੋਣਾ ਹੁੰਦਾ ਕਾਲਾ ਜਾਦੂ ਕੀਤਾ ਕਰਾਇਆ ਹੁੰਦਾ ਅੱਜ ਅਸੀਂ ਆਇਆ ਪ੍ਰੇਮ ਧਾਮ ਵਿੱਚ ਜਿੱਥੇ ਕਿਹਾ ਜਾਂਦਾ ਹੈ ਕਿ ਆਪ ਸਾक्षात ਪੀਰ ਵਿਰਾਜਮਾਨ ਹਨ ਤੇ ਆਓ ਗੱਲ ਕਰਦੇ ਹਾਂ ਇੱਥੇ ਦੇ ਪ੍ਰਮੁੱਖ ਬੰਟੀ ਬਾਬਾ ਜੀ ਦੇ ਨਾਲ ਬਹੁਤ ਬਹੁਤ ਸਵਾਗਤ ਹੈ ਬੰਟੀ ਬਾਬਾ ਜੀ ਤੁਹਾਡਾ ਦ ਸਿਟੀ ਹੈਡਲਾਈਨਸ نیوز ਚੈਨਲ ਤੇ ਅ ਬੰਟੀ ਬਾਬਾ ਜੀ ਕੁਝ ਪ੍ਰੇਮ ਧਾਮ ਬਾਰੇ ਦੱਸੋ ਕੀ ਹੈ ਪ੍ਰੇਮ ਧਾਮ ਪ੍ਰੇਮ ਧਾਮ ਮੁਹੱਬਤ ਜੀ ਨਾਮ ਹੀ ਪ੍ਰੇਮ ਧਾਮ ਹੈ ਜੀ

ਪਹਿਲਾ ਲਖਦਾਤਾ ਪੀਰ ਨਗਾਹੇ ਵਾਲੇ ਸਖੀ ਸਰਬਰ ਸਖੀ ਸੁਲਤਾਨ ਦੂਸਰਾ ਬਾਬਾ ਹੈਦਰ ਸ਼ੇਖ ਸਰੂਦੀਨ ਸਰੇ ਜਹਰ ਅਹਿਮਦੁੱਲਾਹ ਮਰੇ ਕੋਟਲਾ ਸ਼ਰੀਫ ਤੇ ਤੇ ਇਥੇ ਦੀ ਸਥਾਪਨਾ ਕਦੋਂ ਹੋਈ ਸੀ ਇਥੇ ਸਥਾਪਨਾ 14 ਦਸੰਬਰ 2006 ਦੇ ਵਿੱਚ ਹੋਈ ਇਹ ਵਾਲੇ ਆਪਣੇ ਪ੍ਰੇਮਧਾਮ ਜੀ ਪ੍ਰੇਮਧਾਮ ਦੀ ਸਥਾਪਨਾ ਠੀਕ ਹੈ ਜੀ ਲਖਦਾਤਾ ਪੀਰ ਜੀ ਦੀ ਹਿਸਟਰੀ ਕੀ ਹੈ ਕੁਛ ਛੋੜਾ ਜਿਹਾ ਸ਼ਾਰਟ ਚ ਦੱਸ ਦੋ ਸਰ ਜੀ ਲਖਦਾਤਾ ਪੀਰ ਜੀ ਜਿੰਨਾ ਪੂਰਾ ਨਾਮ ਹੈ ਸ਼ਹੀਦ ਅਹਿਮਦ ਸੁਲਤਾਨ ਠੀਕ ਹੈ ਜੀ ਇਨਾਂ ਨੂੰ ਇੱਕ ਵਰਦਾਨ ਮਿਲਿਆ ਕਿ ਇੱਕ ਦਿਨ ਦੇ ਵਿੱਚ ਤੁਸੀਂ ਸਵਾ ਲੱਖ ਫਰਿਆਦ ਮਨਜ਼ੂਰ ਕਰੋਗੇ ਯਾਨੀ ਸਵਾ ਲੱਖ ਲੋਕਾਂ ਦੀ ਦੁਆ ਕਬੂਲ ਕਰੋਗੇ ਜਿੱਥੇ ਨਾਮ ਲੱਖਾਂ ਦਾਤਾ ਪਿਆ ਲੱਗਦਾ ਤਾਂ ਪੀਰ ਕਹਿਣ ਲੱਗੇ ਹੈ ਵੈਸੇ ਨਾ ਦਾ ਜੋ ਪ੍ਰੋਪਰ ਸਥਾਨ ਹੈ ਉਹ ਪਾਕਿਸਤਾਨ ਦੇ ਵਿੱਚ ਹੈ ਲੇਕਿਨ ਇਹਨਾਂ ਦੇ ਮুরিਦ ਉਹਨੇ ਉਹਨੇ ਨਾਲ ਇੱਕ ਸਥਾਨ ਬਣਿਆ ਪੀਰ ਨਗਹਾ ਔਰ ਮੋਗੇ ਦੇ ਨਾਲ ਸਥਾਨ ਬਣਿਆ ਪੀਰ ਨਗਹਾ ਹਿੰਦੁਸਤਾਨ ਦੇ ਵਿੱਚ ਇਹਨਾਂ ਦੀ ਇਬਾਦਤ ਇੱਥੇ ਹੁੰਦੀ ਹੈ ਤੇ ਮਲੇਰ ਕੋਟਲਾ ਵੀ ਹੈਗਾ ਜਿਮਰੇ ਕੋਟਲਾ ਸਥਾਨ ਹੈ ਬਾਬਾ ਹਾਇਦਰ ਸ਼ੇਖ ਸਰਕਾਰ ਦਾ ਠੀਕ ਹੈ ਜੀ ਬਾਬਾ ਹਾਇਦਰ ਸ਼ੇਖ ਸਰੂਦੀਨ ਸਰਕਾਰ ਦਾ ਨਾਮ ਹੈ ਪ੍ਰੋਪਰ ਅਮਰੇ ਕੋਟਲਾ ਲਗਭਗ 612 ਸਾਲ ਪਹਿਲਾਂ ਆਏ ਸੀਗੇ ਠੀਕ ਹੈ ਜੀ ਮੰਨਿਆ ਜਾਂਦਾ ਹੈ ਕਿ ਗੰਗਾ ਨਗਰ ਤੋਂ ਲੈ ਕੇ ਰੋਪੜ ਤੱਕ ਦੀ ਜਿੰਨੀ ਇਤਿਹਾਸ ਸੀਗੀ ਹੂੰ ਹੂੰ ਇਹ ਬਾਬਾ ਹਦਰ ਸ਼ੇਖ ਸਰਕਾਰੋਂ ਦਹੇਜ ਦੇ ਵਿੱਚ ਮਿਲੀ ਸੀਗੀ ਯਾਨੀ ਉਸ ਜਮਾਨੇ ਦਾ ਚੱਲਦਾ ਸੀ ਦਹੇਜ ਦਹੇਜ ਦੇ ਬਿਸਤਰੀ ਗਈ ਸੀ ਰਾਜਾ ਬਹਿਲੋਲ ਲੋਦੀ ਨੇ ਆਪਣੀ ਬੇਗਮ ਤਾਜ ਨਾਲ ਸਰਕਾਰ ਦੀ ਮੈਰਿਜ ਹੋਈ ਸੀ ਉਹਦੇ ਵਿੱਚ ਹੀ 58 ਪਿੰਡ ਹੂੰ ਜੋ ਬਜ਼ੁਰਗ ਦੱਸਦੇ ਆ ਰਹੇ ਹੈ ਦਾਜ ਦੇ ਵਿੱਚ ਮਿਲੇ ਸੀਗੇ ਉਹ ਦਾਜ ਦੇ ਵਿੱਚ 58 ਪਿੰਡਾਂ ਨੂੰ ਸਰਕਾਰ ਨੇ ਇੱਕ ਵਾਅਦੇ ਦੇ ਰੂਪ ਦੇ ਵਿੱਚ ਆਪਣੇ ਚਾਨ ਵਾਲਿਆਂ ਨੂੰ ਵੰਡ ਦਿੱਤੇਗੇ ਸੀ ਉਸ ਤੋਂ ਬਾਅਦ ਇਹ ਪੂਰਾ ਏਰੀਆ ਗੰਗਾ ਨਗਰ ਤੋਂ ਲੈ ਕੇ ਰੋਪੜ ਤੱਕ ਅੱਜ ਵੀ ਸਰਕਾਰ ਨਾਲ ਜੁੜਿਆ ਹੋਇਆ ਹੈ। ਉਹਨਾਂ ਦੇ ਸੋਹਰਾ ਸਾਹਿਬ ਨੇ ਜਿਹਨੇ ਲੁਧਿਆਣਾ ਸ਼ਹਿਰ ਬਸਾਇਆ। ਠੀਕ ਹੈ ਜੀ। ਕਿਸੇ ਟਾਈਮ ਲੁਧਿਆਣਾ ਦਾ ਨਾਮ ਲੋਧਿਆਣਾ ਹੁੰਦਾ ਸੀਗਾ। ਹਾਂਜੀ, ਹਾਂਜੀ। ਉਹ ਇਹਨਾਂ ਦੇ ਸੋਹਰਾ ਸਾਹਿਬ ਸੀ ਰਾਜਾ ਬਹਿਰ ਲੋਧ ਲੋੱਦੀ। ਜਿਹਨੇ ਲੁਧਿਆਣਾ ਸ਼ਹਿਰ ਬਸਾਇਆ। ਉਹਨਾਂ ਨੇ ਹੀ ਇਹ ਦਾਜ ਦੇ ਵਿੱਚ ਜ਼ਮੀਨ ਦਿੱਤੀ ਸੀ ਜਿੱਥੇ ਜਿੰਨਾ ਏਰੀਆ ਸੀਗਾ ਸਰਕਾਰ ਨੇ ਸਾਰਾ ਗਰੀਬਾਂ ਨੂੰ ਵੰਡ ਦਿੱਤਾ ਸੀਗਾ। ਤੁਸੀਂ ਪੀਰਾਂ ਦੀ ਗੱਲ ਕਰ ਰਹੇ ਹੋ। ਜਦ ਤੁਸੀਂ ਚੌਕੀ ਲਗਾਉਂਦੇ ਹੋ ਤਾਂ ਕੀ ਪੀਰ ਆਂਦੇ ਨੇ? ਨਹੀਂ ਐਸਾ ਕੁਝ ਨਹੀਂ ਹੁੰਦਾ ਜੀ। ਕਿਸੇ ਇਨਸ ਹੂੰ ਇਹ ਗਲਤ ਫਹਮੀ ਹੈ ਬੜੇ ਲੋਕ ਕਹਿੰਦੇ ਮੇਰੇ ਅੰਦਰ ਮਾਤ ਆ ਗਈ ਮੇਰੇ ਅੰਦਰ ਪੀਰ ਆ ਗਿਆ ਮੇਰੇ ਅੰਦਰ ਪਰਵੇਸ਼ ਹੋ ਗਿਆ ਐਸਾ ਕੁਝ ਨਹੀਂ ਹੈ ਕਿਸੇ ਇਨਸਾਨ ਦੇ ਅੰਦਰ ਕਿਸੇ ਦੇਵੀ ਦੇਵਤਾ ਦਾ ਬਾਸ ਵਸਦਾ ਹਰ ਇਨਸਾਨ ਦੇ ਅੰਦਰ ਦੇਵਤਾ ਵਸਦਾ ਹੈ ਲੇਕਿਨ ਪਰਟੀਕੂਲਰ ਕਿਸੇ ਦੇ ਅੰਦਰ ਦੇਵਤਾ ਆ ਗਿਆ ਐਸਾ ਕੁਝ ਨਹੀਂ ਹੈਗਾ ਇਹ ਉਹਦੇ ਨਾਮ ਦੀ ਇੱਕ ਮਸਤੀ ਹੈ ਹੂੰ ਹੂੰ ਇੱਕ ਵੇਵਜ਼ ਹੈ ਲੋਕੀ ਫਿਰ ਸਿਰ ਕਿਉਂ ਘੁਮਾਉਂਦੇ ਮੈਂ ਦੱਸਣ ਲੱਗਾ ਕਿ ਵੇਵਜ਼ ਹੈ ਇੱਕ ਕਿਰਨਾ ਨੇ ਉਹਦੇ ਨਾਮ ਦੀ ਇੱਕ ਮਸਤੀ ਲੈਣਿਆ ਸੀ ਹਾਂਜੀ ਬੜੇ ਲੋਕ ਵਿਆਹ ਦੇ ਵਿੱਚ ਨੱਚਦੇ ਦੇਖੋ ਤੁਸੀਂ ਹਾਂਜੀ ਹਾਸੀ ਬੋਤਲ ਫੜੀ ਹੁੰਦੀ ਹੈ ਕਹਿੰਦੇ ਦੋ ਗੁੱਟ ਪਿਲਾ ਦੇ ਸਾਥੀਆਂ ਉੱਥੇ ਤਰਮ ਦੀ ਮਸਤੀ ਤਰਮ ਦੀ ਮਸਤੀ ਲੈ ਰਿਹਾ ਉਹਨੂੰ ਸਿਰਕਮੌਣਾ ਕਹਿ ਲੋ ਹਾਂਜੀ ਉਹਨੂੰ ਇਵਾਦਤ ਕਹਿ ਲੋ ਉਹਨੂੰ ਆਪਣੇ ਨਾਮ ਦੀ ਮਸਤੀ ਕਹਿ ਲੋ ਨਹੀਂ ਕਿਉਂਕਿ ਕਈ ਵਾਰੀ ਲੋਕੀ ਇਹ ਕਹਿੰਦੇ ਨੇ ਕਿ ਸਾਡੇ ਅੰਦਰ ਮਾਤਾ ਅੰਦਰ ਹਨੂਮਾਨ ਜੀ ਆ ਗਏ ਨੇ ਨਹੀਂ ਇਹ ਸਭ ਫਰਾਡ ਹੈ ਜੀ ਕਿਸੇ ਦੇ ਅੰਦਰ ਕਦੇ ਕੋਈ ਦੇਵਤਾ ਨਹੀਂ ਆਂਦਾ ਹੈਗਾ ਮੈਂ ਇਸ ਗੱਲ ਨਾਲ ਬਿਲਕੁਲ ਨਹੀਂ ਸਹਿਮਤ ਨਹੀਂ ਆਗਾ ਸਿਰਫ ਮਸਤੀ ਹੈ ਮਸਤੀ ਆ ਉਹਦੇ ਨਾਮ ਦੀ ਲੇਕਿਨ ਜਦੋਂ ਅਸੀਂ ਨਿਸਵਾਰਥ ਰੂਪ ਦੇ ਵਿੱਚ ਮਸਤੀ ਲੈ ਕੇ ਕਿਸੇ ਨੂੰ ਕੁਝ ਵੀ ਦੱਸਾਂਗੇ ਹਾਂਜੀ ਸਾਡੇ 'ਚ ਕੋਈ ਸਵਾਰਥ ਨਹੀਂ ਹੈਗਾ ਉਸ ਟਾਈਮ ਅਸੀਂ ਉਹਦੀ ਮਸਤੀ 'ਚ ਮਸਤ ਹਾਂ ਇਹ ਕਿਰਨਾ ਨੇ ਇੱਕ ਵੇਵਜ਼ ਹੈ ਉਹ ਜਿਹੜਾ ਜੋ ਅਸੀਂ ਕਿਸੇ ਨੂੰ ਕੁਝ ਦੱਸ ਦਿਆਂ ਆ ਆਟੋਮੈਟਿਕਲੀ ਸੱਚ ਹੋ ਜਾਂਦਾ ਹੂੰ ਪਰ ਉਹ ਸਿਰ ਘੁਮਾਉਣ ਨਾਲ ਲੋਕ ਇਹ ਰਿਲੇਟ ਕਰਦੇ ਨੇ ਕਿ ਸਿਰ ਘੁਮਾਉਣ ਨਾਲ ਤੁਸੀਂ ਜੋ ਵੀ ਕੁਝ ਕਹਿੰਦੇ ਹੋ ਉਹ ਸੱਚ ਹੋ ਜਾਂਦਾ ਨਹੀਂ 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 ਸੱਚ ਬਿਲਕੁਲ ਹੁੰਦਾ ਹੈ 노 ਡਾਊਟ ਸੱਚ ਹੁੰਦਾ ਦੇਖਦੇ ਆ ਰਹੇ ਪਿਛਲੇ ਵੀ 25 ਸਾਲ ਤੋਂ ਲੋਕ ਦੇਖਦੇ ਆ ਰਹੇ ਆ ਲੇਕਿਨ ਉਹ ਸਿਰ ਘੁਮਾਉਣ ਦਾ ਰੋਲ ਕੋਈ ਨਹੀਂ ਉਹ ਇੱਕ ਮਸਤੀ ਹੈ ਸਿਰ ਘੁਮਾਉਣ ਦਾ ਮਤਲਬ ਸਿਰਫ ਮਸਤੀ ਹੈ ਮਸਤੀ ਹੈ ਕੋਈ ਨਾਮ ਨਹੀਂ ਹੋਰ ਕੁਝ ਨਹੀਂ ਹੈਗਾ ਐਸਾ ਤੁਸੀਂ ਜਦ ਵੀ ਚੌਕੀ ਲਗਾਉਂਦੇ ਹੋ ਉਸ ਤੋਂ ਬਾਅਦ ਲੋਕਾਂ ਨੂੰ ਤੁਸੀਂ ਸਭ ਕੁਝ ਸਾਰਾ ਕੁਝ ਸਹੀ ਸਹੀ ਦੱਸ ਦਿੰਦੇ ਉਹ ਕਿਵੇਂ ਹੁੰਦਾ ਮੈਂ ਉਹ ਹੀ ਦੱਸ ਰਿਹਾ ਜਦੋਂ ਚੌ ਇਹ ਮਸਤੀ ਜਿਹੀ ਆ ਚੁੱਕੇ ਆ ਸਾਰਾ ਦਿਮਾਗ ਸ਼ੂਨਿਆ ਤੇ ਉਸ ਟਾਈਮ ਸਾਰਾ ਦੁਨੀਆ ਨਾਲ ਕੋਈ ਮਤਲਬ ਨਹੀਂ ਆਗਾ ਉਸ ਟਾਈਮ ਮਸਤੀ ਲੈ ਰਿਆ ਉਹਦੇ ਨਾਮ ਦੀ ਮਸਤੀ ਦੇ ਵਿੱਚ ਜੋ ਕੋਈ ਵੀ ਇਨਸਾਨ ਸਾਹਮਣੇ ਖੜਾ ਹੋ ਗਿਆ ਉਹ ਪੁੱਛ ਰਿਹਾ ਉਹਦਾ ਨਾਮ ਵੀ ਅਸੀਂ ਦੱਸਾਂਗੇ ਦੇਖੋ ਪਰਿਵਾਰ ਦੇ ਨਾਮ ਵੀ ਅਸੀਂ ਦੱਸ ਦਿਆਂ ਤੁਸੀਂ ਦੇਖਿਆ ਹੋਊਗਾ ਮੇਰੀ ਵੀਡੀਓਜ਼ ਦੇ ਵਿੱਚ ਸਾਰੇ ਪਰਿਵਾਰ ਦੇ ਨਾਮ ਵੀ ਦੱਸ ਦਿਆਂ ਉਹ ਲੋਕ ਸੋਚਦੇ ਬੰਟੀ ਬਾਬਾ ਦੱਸ ਰਿਹਾ ਨੋ ਉਹ ਇੱਕੋ ਦਿਨ ਆਪਣੀ ਮਸਤੀ ਹੈ ਪਰ ਉਹ ਤੁਹਾਨੂੰ ਦੱਸਦਾ ਕੌਣ ਹੈ ਮੈਂ ਉਹ ਰਾਮ ਦੀ ਮਸਤੀ ਹੈ ਕਿ ਜੋ ਅਸੀਂ ਜ਼ੁਬਾਨ ਚੋਂ ਕਹਿ ਰਹੇ ਆ ਮਸਤੀ ਦੇ ਵਿੱਚ ਉਹ ਆਟੋਮੈਟਿਕ ਸੱਚ ਹੈ ਮੈਂ ਕਈ ਜਗ੍ਹਾ ਤੇ ਦੇਖਿਆ ਕਿ ਜਿਵੇਂ ਜਿਵੇਂ ਕਈ ਲੋਕ ਪੁੱਛਣ ਆਂਦੇ ਨੇ ਜਿਵੇਂ ਕਹਿੰਦੇ ਨੇ ਅਸੀਂ ਪੁੱਛਕ ਡਾਂ ਜਾ ਰਹੇ ਹਾਂ ਤੇ ਲੋਕੀ ਸਾਈਡ 'ਚ ਗੱਲ ਕਰਦੇ ਨੇ ਅੱਛਾ ਇਹ ਆਇਆ ਏ ਕਿ ਮੈਂ ਇੱਕ ਨਾਮ ਦੇ ਤੌਰ ਤੇ ਕਹਿੰਨੇ ਕਿ ਰਾਹੁਲ ਆਇਆ ਏ ਅੱਛਾ ਅੱਛਾ ਰਾਹੁਲ ਤੈਨੂੰ ਇਹ ਦਿੱਕਤ ਏ ਕਿ ਨਾਮ ਵੀ ਪਤਾ ਲੱਗ ਜਾਂਦਾ ਨਹੀਂ ਇਹ ਨਹੀਂ ਨਾਮ ਅਸੀਂ ਲੈ ਕੇ ਆਵਾਜ਼ ਮਾਰ ਕੇ ਖੜਾ ਕਰ ਦਿਆਂ ਬੰਦੇ ਨੂੰ ਪਰ ਇਹ ਨਹੀਂ ਸਾਨੂੰ ਕੌਣ ਆਇਆ ਸਾਨੂੰ ਨੂੰ ਪਤਾ ਉਸ ਗੱਲ ਦਾ ਪੰਜਾਬ ਹਰਿਆਣਾ ਹਿਮਾਚਲ ਜੇ ਕਿਦੋਂ ਸੰਗਤ ਇੱਥੇ ਆਂਦੀ ਏ ਹੁਣ ਪਿਛਲੇ ਕੁਸ਼ਤਾਂ ਤੋਂ ਮਹਾਰਾਸ਼ਟਰ ਟ੍ਰੈਂਪੀ ਤੋਂ ਸੰਗਤ ਆ ਰਹੀ ਏ ਸਰੂੜੀਪ ਤੱਕ ਕੋਈ ਨਾ ਇੱਥੇ ਕੋਈ ਧਾਰਕਾਨ ਕਿਸੇ ਜਮਾ ਹੁੰਦਾ ਨਾ ਕਿਸੇ ਦਾ ਨਾਮ ਪੁੱਛਿਆ ਜਾਂਦਾ ਕਦੇ ਵੀ ਠੀਕ ਹੈ ਲਾਈਨਾਂ ਲੱਗੀਆਂ ਨੇ ਹਾਂਜੀ ਲਾਈਨਾਂ ਦੇ ਵਿੱਚ ਲੋਕ ਅੱਗੇ ਬੈਠ ਜਾਂਦੇ ਨੇ ਕੋਈ ਨਾਮ ਨਹੀਂ ਦੱਸਦਾ ਕੋਈ ਨਾਮ ਇੱਥੇ ਕਿਸੇ ਨੂੰ ਪੁੱਛਿਆ ਜਾਊਗਾ ਜੀ ਜ਼ਿੰਦਗੀ 'ਚ ਹੂੰ 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 ਜਿਆਦਾ ਉਕਰੋ ਚੱਲਿਆ ਆਊਗਾ ਹਾਂਜੀ ਇੱਥੇ ਤੱਕ ਪਹੁੰਚੂਗਾ ਤੁਸੀਂ ਇੱਥੇ ਆ ਕੇ ਸੰਗਤ ਵੀ ਇੰਟਰਵਿਊ ਲਾਉ ਕਿਸੇ ਦਿਨ ਹਾਂਜੀ ਉਹਨੂੰ ਪੁੱਛੋ ਤੁਸੀਂ ਕਿਸੇ ਨੂੰ ਨਾਮ ਦੱਸਿਆ ਸੀਗਾ ਅਜੇ ਤੱਕ ਕਰੋ ਚੱਲ ਕੇ ਇੱਥੇ ਆਨ ਤੱਕ ਜਾਂ ਤੁਸੀਂ ਇੱਥੇ ਪਹਿਲਾਂ ਜਾਣਦੇ ਹੋ ਤਾਂ ਕੋਈ ਨਹੀਂ ਬਿਲਕੁਲ ਨਹੀਂ ਜਾਣਦੇ ਹਾਂ ਹੂੰ 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 ਉਹ ਆਟੋਮੈਟਿਕਲੀ ਗੱਲ ਅਸੀਂ ਨਹੀਂ ਸੋਚਿਆ ਆ ਕਿ ਇਹਦਾ ਕੰਮ ਕਰਵਾ ਕੇ ਤੂੰ ਪੈਸੇ ਲੈਨੇ ਆ ਨਹੀਂ ਹੂੰ ਹੂੰ ਜੇਦਾ ਕੋ ਸੋਚਾਂਗੇ ਤਾਂ ਸਵਾਰਥ ਆ ਗਿਆ ਜਦੋਂ ਸਵਾਰਥ ਆ ਜਾਂਦਾ ਸਭ ਕੁਝ ਝੂਠ ਹੈ ਕੀ ਲੋਕਾਂ ਤੋਂ ਤੁਸੀਂ ਲੈਂਦੇ ਹੋ ਪੈਸੇ ਮੈਂ ਉਹ ਦੱਸਣ ਲੱਗਿਆ ਜੇ ਸਵਾਰਥ ਆ ਕੇ ਸਭ ਕੁਝ ਝੂਠ ਹੈ ਲੇਕਿਨ ਜਿੰਨਾ ਤੱਕ ਮੇਰਾ ਖਿਆਲ ਹੈ ਪੰਜਾਬ ਦਾ ਇਹ ਪਹਿਲਾ ਦਰਬਾਰ ਹੋਊਗਾ ਜਿੱਥੇ ਓਪਨਲੀ ਚੈਲੰਜ ਕੀਤਾ ਜਾਂਦਾ ਕੋਈ ਸਿੰਗਲ ਪਰਸਨ ਇਹ ਗੱਲ ਕਹਦੇ ਵੀ ਕਿ ਬੰਟੀ ਬਾਬਾ ਜੀ ਨੇ ਕਿਸੇ ਵੀ ਰੂਪ ਦੇ ਵਿੱਚ ਕਿਸੇ ਤੋਂ ਪੈਸਾ ਮੰਗਿਆ ਬਾਬੇ ਕੋਲ ਪੈਸੇ ਲੈਣ ਦੇ ਬੜੇ ਤਰੀਕੇ ਹੁੰਦੇ ਨੇ ਸਹੀ ਗੱਲ ਹੈ ਆ ਤੁਹਾਡੇ ਮਸਾਨੀ ਬੜ ਗਈ ਜੀ ਤੁਹਾਡੇ ਇਦਾਂ ਹੋ ਗਿਆ ਜੀ ਤੁਹਾਡੇ ਕੀਤਾ ਕਰਾਇਆ ਜੀ ਤੁਹਾਡਾ ਕਿਸੇ ਵੀ ਰੂਪ ਦੇ ਵਿੱਚ ਬੰਟੀ ਬਾਬਾ ਜੀ ਨੇ ਕਿਸੇ ਤੋਂ ਕੋਈ ਪੈਸਾ ਮੰਗਿਆ ਹੋਵੇ ਜਾਂ ਲਿਆ ਹੋਵੇ ਮੈਂ ਜੋ ਇਨਾਮ ਕਹੋਗੇ ਉਹ ਦਿਨ ਉਤਾਰ ਪਰ ਕਈ ਲੋਕ ਜਿਹੜੇ ਵੀ ਜਿਵੇਂ ਵੀ ਬਾਹਰ ਗੱਲ ਹੁੰਦੀ ਹੈ ਬਾਕੀ ਬਾਬਾ ਲੋਗ ਹੋਰੀ ਉਹ ਲੋਕ ਇਹ ਕਹਿੰਦੇ ਨੇ ਕਿ ਤੁਹਾਡੇ ਨਾਲ ਕੋਈ ਚੱਲ ਰਿਹਾ ਹੈ ਜਾਂ ਮਸਾਨੀ ਹੈ ਜਾਂ ਕੋਈ ਜਿੰ ਹੈ ਚਲੋ ਮੇਰੇ ਕੋਲ ਬੈਠੋ ਮੈਨੂੰ ਪੈਸੇ ਦਿਓ ਤਾਂ ਮੈਨੂੰ ਦੂਰ ਕਰ ਦੇਣਾ ਫਿਰ ਇਹ ਸਭ ਤੁਸੀਂ ਫਰਾਡ ਮੰਨਦੇ ਹੋ ਬਿਲਕੁਲ ਫਰਾਡ ਬਿਲਕੁਲ ਫਰਾਡ ਹੈ ਜੀ ਕਿਸੇ ਨਾਲ ਕੁਝ ਨਹੀਂ ਹੈਗਾ

ਜਾਦੂ ਟੋਨਾ ਹੁੰਦਾ ਹੈ 노 ਡਾਊਟ ਕੀ ਕਾਲਾ ਜਾਦੂ ਹੁੰਦਾ ਹੈ ਕਾਲਾ ਜਾਦੂ ਕੀਤਾ ਕਰਾਇਆ ਹੁੰਦਾ ਹੈ ਲੇਕਿਨ ਮੇਰਾ ਮੰਨਣਾ ਹੈ ਵੀ ਉਸ ਤੋਂ ਉੱਪਰ ਵੀ ਉਸ ਪਰਮਾਤਮਾ ਦਾ ਨਾਮ ਹੈ ਹੂੰ ਹੂੰ ਜੋ ਕਿਸੇ ਇੱਕ ਦਾ ਬਨਿਆ ਹੋਇਆ ਹੈ ਹੂੰ ਤੁਸੀਂ ਆਪਣੇ ਭਗਵਾਨ ਨੂੰ ਮੰਨਦੇ ਹੋ ਬੜੇ ਲੋਕ ਭੋਲੇनाथ ਨਾਲ ਜੁੜੇ ਹੋਏ ਨੇ ਬੜੇ ਲੋਕ ਸ਼੍ਰੀ ਗੁਰੂ ਰੰਧ ਸਾਹਿਬ ਜੀ ਨਾਲ ਜੁੜੇ ਹੋਏ ਨੇ ਜੋ ਕਿਸੇ ਦਾ ਬਨਿਆ ਹੋਇਆ ਹੈ ਉਹਨੂੰ ਕਦੇ ਕੋਈ ਕਾਲਾ ਜਾਦੂ ਕੁਝ ਨਹੀਂ ਕਰ ਸਕਦਾ ਹੂੰ 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 ਕਿਸੇ ਕਿਸੇ ਸ਼ਰਨ ਚਾਸੀ ਪਰ ਫਿਰ ਵੀ ਲੋਕੀ ਜਿਹੜੇ ਨੇ ਕਿਸੇ ਨਾ ਕਿਸੇ ਕਿਸੇ ਨਾ ਕਿਸੇ ਪ੍ਰੋਬਲਮ ਲਈ ਜਾਂਦੇ ਨੇ ਕਿਸੇ ਧਰਮ ਸਤਨ ਦੇ ਉਤੇ ਤੇ ਫਿਰ ਵੀ ਉਹਨਾਂ ਨੂੰ ਲੱਗਦਾ ਕਿ ਨਹੀਂ ਇਹ ਬਾਬਾ ਜੀ ਜਿਹੜੇ ਨੇ ਉਹ ਸਾਡਾ ਹੱਲ ਕਰਕੇ ਦੇਣਗੇ ਤੁਸੀਂ ਕਦੀ ਕਿਤੇ ਨਹੀਂ ਲੋਕਾਂ ਦੀ ਪ੍ਰੋਬਲਮ ਸੋਲਵ ਕੀਤੀਆਂ ਨੇ ਜੀ ਬਿਲਕੁਲ ਸਾਡਾ ਕੰਮ ਅਸੀਂ ਖੈਰ ਨਹੀਂ ਕਹਾਂ ਮੈਂ ਇਸ ਗੱਲ ਨੂੰ ਨਹੀਂ ਕਹੂੰਗਾ ਮੈਂ ਪ੍ਰੋਬਲਮ ਹੱਲ ਕੀਤੀ ਉਸ ਦਰਬਾਰ ਦੇ ਉੱਪਰ ਪਬਲਿਕ ਆਈ ਉਹਨਾਂ ਦੇ ਮਨ ਦੀ ਭਾਵਨਾ ਸੀ ਉਹਨਾਂ ਦੀ ਸ਼ਰਧਾ ਸੀਗੀ ਇੱਥੇ ਨਿਸਵਾਰਥ ਸੇਵਾ ਸੀ ਤਾਂ ਆਟੋਮੈਟਿਕਲੀ ਕੰਮ ਹੋ ਗਿਆ ਉਹਨਾਂ ਦੇ ਕਿਸ ਨੂੰ ਦੱਸਣਾ ਕੋਈ ਬੜੀ ਗੱਲ ਨਹੀਂ ਹੈਗੀ ਅੱਛਾ ਸਭ ਤੋਂ ਵੱਡੀ ਗੱਲ ਕਿਸੇ ਨੂੰ ਦੱਸਣਾ ਨਹੀਂ ਬੜੀ ਗੱਲ ਨਹੀਂ ਜਿਨ੍ਹਾਂ ਨੂੰ ਅਸੀਂ ਦੱਸ ਰਹੇ ਹਾਂ ਉਹਨਾਂ ਤੋਂ ਪੁੱਛੋ ਕਿ ਤੁਹਾਡਾ ਕੰ ਹੂੰ ਗੱਲ ਸਮਝੋ ਦਸਤਾ ਮਨੇ ਦਸਤਾ ਕੋ ਗੈਸਲਾ ਕੀ ਦੱਸ ਸਕਦਾ ਸ਼ਾਇਦ ਹੂੰ ਬੜੇ ਲੋਕ ਦਿਮਾਗ ਰੀਡ ਕਰ ਲੈਂਦੇ ਨੇ ਦੱਸਣ ਦੇ ਨੇ ਹੂੰ ਲੇਕਿਨ ਦੱਸਣ ਤੋਂ ਬਾਅਦ ਕੀ ਉਹਨਾਂ ਦਾ ਕੰਮ ਹੋਇਆ ਉਹ ਪਬਲਿਕ ਦੇ ਇੰਟਰਵਿਊ ਤੁਹਾਨੂੰ ਪਤਾ ਲੱਗੂਗਾ ਵਿਹਾਂ ਵਾਕਈ ਸਾਡਾ ਕੰਮ ਹੋਇਆ ਤੇ ਹੂੰ ਜੇ ਪਬਲਿਕ ਤੁਸੀਂ ਇੰਟਰਵਿਊ ਲਓਗੇ ਤੁਹਾਡੇ ਕੋਲ ਪ੍ਰੇਮ ਦਾਮ ਦੇ ਵਿੱਚ ਲਗਭਗ ਹਰ ਵੀਰਵਾਰ 2500 3000 ਬੰਦੇ ਰਸ਼ ਹੁੰਦਾ ਹੈ ਕੀ ਤੁਹਾਡੇ ਕੋਲ ਕਿਸੇ ਕੋਈ ਪੈਸਾ ਮੰਗਿਆ ਹੂੰ ਕੀ ਤੁਹਾਡੇ ਕੋਈ ਹੱਲ ਹੋਏ ਤੁਹਾਡੇ ਹੱਲ ਹੋਏ ਜਾਂ ਹੱਲ ਹੋਣ ਤੋਂ ਬਾਅਦ ਵੀ ਤੁਹਾਡੇ ਕੋਲ ਕਿਸੇ ਕੋਈ ਪੈਸਾ ਮੰਗਿਆ ਤਾਂ ਪਬਲਿਕ ਦੱਸੂਗੀ ਇਨਾ ਵੱਡੇ ਧਾਮ ਹੈ ਆਪਾਂ ਕਹਿੰਦੇ ਆਪਾਂ ਕਿਸੇ ਤੋਂ ਕੋਈ ਝੜਾਵਾ ਨਹੀਂ ਲੈਂਦੇ ਕਿਸੇ ਤੋਂ ਕੋਈ ਪੈਸਾ ਨਹੀਂ ਲੈਂਦੇ ਤੇ ਫਿਰ ਧਾਮ ਚੱਲਦਾ ਕਿਵੇਂ ਬਿਲਕੁਲ ਬੜੀ ਅੱਛੀ ਸਵਾਲ ਹੈ ਤੁਹਾਡਾ ਅਸੀਂ ਲਗਭਗ ਇੱਥੇ 11 ਟ੍ਰਸਟੀ ਆ ਠੀਕ ਹੈ ਜੀ 11 ਟ੍ਰਸਟੀ ਔਰ ਸਾਰੇ ਇਸ ਦਰਬਾਰ ਨੂੰ ਮੰਨਨ ਵਾਲਿਆ ਪ੍ਰੇਮ ਕਰਨ ਵਾਲਿਆ ਆਪਸ ਵਿੱਚ ਅਸੀਂ ਸ਼ੇਅਰ ਕਰਦੇ ਹਾਂ ਉਸ ਚੀਜ਼ ਨੂੰ ਬਾਹਰਲੀ ਪਬਲਿਕ ਨਹੀਂ ਆਮ ਪਬਲਿਕ ਤੋਂ ਤੁਸੀਂ ਮੱਥਾ ਨਹੀਂ ਟਿਕਾਉਣਾ ਨਹੀਂ ਨਹੀਂ ਆਪ ਪਬਲਿਕ ਨੂੰ ਕਿਸੇ ਮੇਰੀ ਵੀਡੀਓਜ਼ ਕੱਢ ਕੇ ਦੇਖੋ ਮੈਂ ਹਰ ਵੀਡੀਓਜ਼ ਦੇ ਵਿੱਚ ਬੋਲਦਾ ਕਿ ਪੈਸੇ ਨਾ ਚੜਾਓ ਕਿਸੇ ਜ਼ਰੂਰਤਮੰਦ ਦੀ ਹੈਲਪ ਕਰੋ ਮੈਂ ਹਰ ਵੀਡੀਓ ਦੇ ਵਿੱਚ ਜਿੰਨੀਆਂ ਮੇ ਇਹਤਨਸੂ ਵੀਡੀਓ YouTube ਤੇ ਪਈ ਹੈ Facebook ਤੇ ਪਈ ਹੈ ਮੈਂ ਹਰ ਵੀਡੀਓ ਵਿੱਚ ਬੋਲਿਆ ਹੋਇਆ ਹੈ ਕਿ ਪੈਸੇ ਦਰਵਾਜ਼ੇ ਚਰਵਾਉਣ ਦੀ ਬਜਾਏ ਕਿਸੇ ਜ਼ਰੂਰਤਮੰਦੀ ਹੈਲਪ ਕਰੋ ਕਿਸੇ ਪੇਸ਼ੰਟ ਦਾ ਇਲਾਜ ਕਰਵਾਓ ਹੂੰ ਤੁਸੀਂ ਆਪ ਕਦੀ ਮਹਿਸੂਸ ਕੀਤਾ ਹੈ ਕਿ ਪੀਰ ਪੀਰ ਸਾਹਿਬ ਤੁਹਾਡੇ ਨਾਲ ਨੇ ਜੀ ਬਿਲਕੁਲ ਮੈਂ ਹਰ ਟਾਈਮ ਮੰਨਦਾ ਹੂੰ ਮੈਂ ਤਾਂ ਮੰਨਦਾ ਮੇਰੇ ਸਵਾਸ ਜੇ ਸਵਾਸ ਚੱਲ ਰਹੇ ਆ ਵੀ ਉਹਨਾਂ ਦੀ ਮਰਜ਼ੀ ਨਾਲ ਚੱਲ ਰਹੇ ਆ ਹੂੰ ਮੇਰੀ ਆਪਣੀ ਮੰਨਣਾ ਹੈ ਕਿ ਜਿਹੜੇ ਮੇਰੇ ਸਵਾਸ ਚੱਲ ਰਹੇ ਆ ਉਹਨਾਂ ਦੀ ਇੱਛਾ ਨਾਲ ਚੱਲ ਰਹੇ ਨੇ ਹਰ ਸੰਦ ਵਿੱਚ ਮੈਂ ਉਹਨਾਂ ਨੂੰ ਮਹਿਸੂਸ ਕਰਦਾ ਹੂੰ ਇਸ਼ਕ ਹੈ ਉਹ ਉਪਰਵੇਸ਼ ਨਹੀਂ ਹੈਗਾ ਉਹ ਇਸਕੇ ਤੁਸੀਂ ਕਿੰਨੇ ਸਾਲਾਂ ਤੋਂ ਕਰ ਰਹੇ ਹੋ ਪ੍ਰੇਮਦਾਮ ਦੀ ਸੇਵਾ ਮੈਂ 2006 ਤੋਂ ਜੀ 2000 ਉਤੋਂ ਪਹਿਲਾਂ ਪੀੜੀਦਰ ਪੀੜੀ ਇਹ ਚੱਲ ਰਹੀ ਹੈ ਹਾਂਜੀ ਪੀੜੀਦਰ ਲਗਭਗ ਸਰਦਿੰ ਸੋ 400 ਸਾਲ ਤੋਂ ਚਲਦੀ ਆ ਰਹੀ ਹੈ ਠੀਕ ਹੈ ਪੀੜੀ ਪੀੜੀ ਦੀ ਲੇਕਿਨ ਪ੍ਰੇਮਦਾਮ ਦੀ ਸਥਾਪਨਾ ਹਾਂਜੀ ਮੇਰਾ ਆਪਣਾ ਪਰਿਵਾਰੀ ਹਾਂਜੀ ਮੇਰਾ ਆਪਣਾ ਪਰਿਵਾਰ ਚੱਲਦਾ ਮੇਰੀ ਦਾਦੀ ਸੀਗੀ ਉਸ ਤੋਂ ਪਹਿਲਾਂ ਅੱਗੇ ਪਿੱਛੇ 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 ਚੱਲਦਾ ਆਇਆ ਮੈਨੂੰ ਲੱਗਦਾ ਮੇਰੇ ਨਾਲ ਨਾਲ ਮੇਰੇ ਵਿਊਅਰਸ ਵੀ ਕਾਫੀ ਜ਼ਿਆਦਾ ਉਤਸਕ ਹੋਣਗੇ ਜਾਣਨ ਲਈ ਕਿ ਜਿਵੇਂ ਤੁਸੀਂ ਕਹਿੰਦੇ ਹੋ ਮਸਤੀ ਆਂਦੀ ਤੋ ਮਸਤੀ ਨੂੰ ਠੀਕ ਹੈ ਜੀ ਇੱਕ ਸਾਜੀ ਯਸ਼ ਕਰਦੇ ਨੇ ਉਹਨੂੰ ਯਸ਼ਨਾਮ ਦਿੰਦੇ ਆਂ ਅਸੀਂ ਜਿਹੜੂ ਤੁਸੀਂ ਕਵਾਲੀਆ ਨਾਮ ਵੀ ਦੇ ਸਕਦੇ ਹੋ ਕਵਾਲੀ ਦਾ ਨਾਮ ਤੁਸੀਂ ਕਵਾਲੀਆ ਨਾਮ ਦਿਓਗੇ ਸਾਡੀ ਭਾਸ਼ਾ ਚੋਂ ਅਸੀਂ ਯਸ਼ ਦਾ ਨਾਮ ਲਿਆ ਯਸ਼ ਕਹਿੰਦੇ ਨੇ ਯਸ਼ ਸ਼ੁਰੂ ਹੁੰਦਾ ਹੈ ਯਸ਼ ਸ਼ੁਰੂ ਹੁੰਦਾ ਜਦੋਂ ਅਸੀਂ ਆਪਣੇ ਆਪ ਤੋਂ ਹਲਕਾ 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 ਬਾਹਰ ਹੋਣਾ ਸ਼ੁਰੂ ਹੋ ਜਾਂਦੇ ਆ ਮਤਲਬ ਦੁਨੀਆ ਤੋਂ ਕੱਟਣਾ ਸ਼ੁਰੂ ਹੋ ਜਾਂਦੇ ਆ ਉਹ ਯਸ਼ ਦੀ ਮਸਤੀ ਦੇ ਵਿੱਚ ਅਸੀਂ ਹਮ ਸਰਕਾਰ ਨੂੰ ਆਪਣੇ ਨਾਲ ਮਹਿਸੂਸ ਕਰਦੇ ਆ ਮਹਿਸੂਸ ਕਰਦੇ ਹੋ ਤੇ ਕਈ ਵਾਰੀ ਤੁਹਾਡੀ ਵੀਡੀਓ ਚ ਮੈਂ ਦੇਖਿਆ ਤੁਸੀਂ ਲੋਕਾਂ ਨੂੰ ਕਿਹਾ ਕਿ ਤੁਹਾਡੇ ਨਾਲ ਦੋ ਬੰਦੇ ਖੜੇ ਨੇ ਯਾ ਤੁਹਾਡੀ ਛੱਤ ਦੇ ਉੱਤੇ ਮੈਂ ਦੇਖ ਰਿਹਾ ਕਿ ਕੋਈ ਕੋਈ ਬੈਠਾ ਹੋਏ ਕਿ ਤੁਹਾਨੂੰ ਸੱਚਮੁੱਚ ਉਹ ਵਿਜਨਸ ਆਉਂਦੇ ਨੇ ਨਹੀਂ ਫਿਰ ਮੈਂ ਇਦਾਂ ਦਾ ਕੁਝ ਕਿਹਾ ਨਹੀਂ ਲੇਕਿਨ ਮੈਂ ਮਤਲਬ ਦੱਸਣਾ ਕੀ ਹੈ ਜਿਹੜੀ ਕਹਿੰਦੇ ਵੀ ਹੋਣਗੇ ਬਾਬਾ ਜੀ ਉਹਨਾਂ ਬਾਰੇ ਮਤਲਬ ਦੱਸਣਾ ਕੀ ਹੈ ਬੜੇ ਲੋਕਾਂ ਤੁਹਾਡੇ ਘਰੇ ਪੁੱਤ ਹੈ ਤੁਹਾਡੇ ਘਰੇ ਪ੍ਰੇਤ ਐਦਾਂ ਕੁਝ ਕਹਿੰਦੇ ਐਸਾ ਕੁਝ ਨਹੀਂ ਹੁੰਦਾ ਹੈਗਾ ਉਹ ਇੱਕ ਪਿਤਰਦੋਸ਼ ਹੁੰਦਾ ਹੈ ਠੀਕ ਹੈ ਜੀ ਪਿਤਰਦੋਸ਼ ਕੀ ਮੰਨਿਆ ਜਾਂਦਾ ਹੈ ਜਿਸ ਤਰ੍ਹਾਂ ਕਿਸੇ ਦੀ ਅਨਿਆਈ ਮੌਤ ਹੋ ਜਾਣਾ ਕੋਈ ਐਕਸੀਡੈਂਟ ਮਰ ਗਿਆ ਹੂੰ ਕੋਈ ਸੁਸਾਈਡ ਕਰ ਗਿਆ ਹੂੰ ਕੁਝ ਜਲ ਕੇ ਮਰ ਗਿਆ ਕੁ ਡੁੱਬ ਕੇ ਮਰ ਗਿਆ ਯਾਨੀ ਜੋ ਆਪਣੀ ਮੌਤ ਤੋਂ ਪਹਿਲੇ ਚਲਾ ਗਿਆ ਆਪਣੇ ਸਮੇਂ ਤੋਂ ਪਹਿਲਾਂ ਚਲਾ ਗਿਆ ਸਮੇਂ ਤੋਂ ਪਹਿਲਾਂ ਚਲਾ ਗਿਆ ਆਪਣੇ ਟਾਈਮ ਤੋਂ ਪਹਿਲਾਂ ਚਲਾ ਗਿਆ ਉਹ ਇੱਕ ਪ੍ਰੇਦਾ ਰੂਪ ਮੰਨਦੇ ਸੀ ਉਹਨੂੰ ਪਿਤਰ ਦੋਸ਼ ਦਾ ਨਾਮ ਦਿੰਦੇ ਸੀ ਵੀ ਤੁਹਾਡੇ ਘਰ ਇੱਕ ਪਿਤਰ ਹੈ ਉਹਦੀ ਮੰਨਤ ਕਰੋ ਇਹ ਨਾਮ ਦਾ ਕੁਝ ਦਾਨ ਕਰੋ ਪਰਮਾਤਮਾ ਮਦਦਿਆ ਕਰੂਗਾ ਤੇ ਉਹਦੇ ਹੱਲ ਹੋ ਸਕਦੇ ਨੇ ਬਿਲਕੁਲ ਬਿਲਕੁਲ ਐਸਾ ਦੁਨੀਆ 'ਚ ਕੋਈ ਕੰਮ ਹੈ ਨਹੀਂ ਜਿਹਦਾ ਹੱਲ ਨਹੀਂ ਹੈਗਾ ਜੀ ਪਰਮਾਤਮਾ ਬਹੁਤ ਵੱਡਾ ਹੈ ਉਹ ਮਾਲਿਕ ਬਹੁਤ ਵੱਡਾ ਹੈ ਉਹਦੀ ਸ਼ਰਨ ਜਾਣ ਦੀ ਲੋੜ ਹੈ ਜਦੋਂ ਇਹ ਸ਼ਰਨ ਚਲੇ ਜਾਂਦਾ ਐਸਾ ਤਾਂ ਕੋਈ ਕੰਮ ਹੈ ਨਹੀਂ ਜਿਹਦਾ ਹੱਲ ਨਹੀਂ ਹੈਗਾ ਲੋਕਾਂ ਨੂੰ ਅੱਜ ਦੇ ਟਾਈਮ ਤੋਂ ਮੈਨੂੰ ਲੱਗਦਾ ਸਭ ਤੋਂ ਜ਼ਿਆਦਾ ਪੈਸੇ ਦੀ ਪ੍ਰੋਬਲਮ ਦੇ ਤੇ ਪੈਸਿਆਂ ਦਾ ਵੀ ਹੱਲ ਹੈ। ਹਰ ਚੀਜ਼ ਦਾ ਹੱਲ ਨਹੀਂ ਪੈਸੇ ਦਾ ਹੱਲ ਕਿੱਦਾਂ ਹੈ? ਹਮ ਅਸੀਂ ਜਦੋਂ ਕਿਸੇ ਇੱਕ ਚੀਜ਼ ਦੇ ਬਨ ਜਾਗੇ ਇੱਕ ਛੋਟੀ ਜਿਹੀ ਮੱਛਲੀ ਹੈ ਦੇਖੋ ਹਮ ਪਾਣੀ ਚ ਮੰਜੇ ਨਾਲ ਤੈਰਦੀ ਹੈ ਹਮ ਮੰਜੇ ਨਾਲ ਤੈਰਦੀ ਨਾ ਨਹੀਂ ਮਰਦੀ ਉਹ ਆਪਾਂ ਪਾਣੀ ਚਲੇ ਜਾਵਾਂਗੇ ਕੈਂਟਾ 2 ਘੰਟੇ 4 ਘੰਟੇ ਦੇ ਬਾਅਦ ਆਪਾਂ ਨੂੰ ਜਾਂ ਬਾਹਰ ਆਣਾ ਪਊ ਜਾਂ ਮਰਨਾ ਪੈਣਾ। ਦਰੋਜੀ ਕੰਮ ਹੋਊਗਾ। ਹਾਂਜੀ। ਮੱਛਲੀ ਕਿਉਂ ਤੈਰਦੀ ਹੈ ਕਿਉਂਕਿ ਆਪਣੇ ਆਪ ਨੂੰ ਪਾਣੀ ਦੇ ਹਵਾਲੇ ਕੀਤਾ ਹੋਇਆ ਮੈਂ ਤੇਰੀ ਹਮ ਉਹਨੇ ਆਪਣੇ ਆਪ ਨੂੰ ਪਾਣੀ ਹੁਣ ਮੇਰੀ ਇਲਾਜ ਰੱਖਣਾ ਤੇਰਾ ਕੰਮ ਹੈ ਜੇ ਤੂੰ 100% ਅਸੀਂ ਕਿਸੇ ਦੇ ਸਿਲੰਡਰ ਹੋ ਜਾਾਂਗੇ ਤੈਨੂੰ ਸਾਡੀ ਇਲਾਜ ਰੱਖਣੀ ਪੈਣੀ ਹੈ ਚਾਹੇ ਉਹ ਪੈਸੇ ਦੇ ਚਾਹੇ ਉਹ ਹੈਲਥ ਹੈ ਹੂੰ ਕੋਈ ਪ੍ਰੋਬਲਮ ਨਹੀਂ ਤੁਹਾਡਾ ਪਰ ਕੋਈ ਗਲਤ ਚੀਜ਼ ਮੰਗੇ ਉਹ ਵੀ ਪੂਰੀ ਕੀਤੀ ਜਾਂਦੀ ਹੈ ਜਿੱਦਾਂ ਜਿੱਦਾਂ ਕੋਈ ਕਹੇ ਕਿ ਇਹਨੂੰ ਮਾਰ ਦੋ ਕੋਈ ਇਹਦਾ ਕੋਈ ਕੰਮ ਕਰ ਦੋ ਜਾਂ ਮੇਰਾ ਫਾਇਦਾ ਹੋ ਪਰ ਉਦਾ ਨੁਕਸਾਨ ਹੋ ਕਿਸੇ ਵੀ ਦੇਵੀ ਦੇਵਤੇ ਪੀਰ ਫਕੀਰ ਦਾ ਕੰਮ ਨਹੀਂ ਹੈਗਾ ਇਹ ਕੋਈ ਤੰਤਰੀ ਕਰਦੇ ਉਹਨ ਮੈਨੂੰ ਪਤਾ ਨਹੀਂ ਹੈਗਾ ਮੈਂ ਮੈਂ ਤੰਤਰੀ ਕੋ ਮੰਨਦਾ ਨਹੀਂ ਇਸ ਚੀਜ਼ ਨੂੰ ਮੈਂ ਇਸ ਲਾਈਨ ਨੂੰ ਮੈਂ ਬਿਲਕੁਲ ਨਹੀਂ ਮੰਨਦਾ ਕੋਈ ਦੇਵੀ ਦੇਵਤਾ ਪੀਰ ਫਕੀਰ ਜਿੰਦਗੀ ਜਿਹਾ ਕੰਮ ਨਹੀਂ ਕਰ ਸਕਦਾ ਤੁਸੀਂ ਮੇਰੇ ਵੀਡੀਓਜ਼ ਫਿਰ ਸੁਣੀਓ ਦੁਬਾਰਾ ਉਹਦੇ ਵਿੱਚ ਸਪੈਸ਼ਲੀ ਕੀ ਹੋਇਆ ਵੀ ਜਦੋਂ ਤੁਸੀਂ ਕਿਸੇ ਦਾ ਬੁਰਾ ਚਾਹ ਕੇ ਆਪਣਾ ਭਲਾ ਚਾਹੋਗੇ ਤਾਂ ਜਿੰਦਗੀ 'ਚ ਨਹੀਂ ਹੋਊਗਾ ਉਹਦਾ ਸਜ਼ਾ ਮਿਲੇਗੀ ਬਿਲਕੁਲ ਤੁਸੀਂ ਆਪਣੀ ਵੀਡੀਓ ਦੇ ਅੰਦਰ ਅੰਦਰ ਇਹ ਵੀ ਕਿਆ ਇਹ ਕਈ ਵਾਰੀ ਕਿ ਤੁਸੀਂ ਇੱਕ ਡਾਇਰੀ ਲਗਾ ਲਓ ਤੇ 15 ਦਿਨ ਲਈ ਉਹ ਡਾਇਰੀ ਲਗਾ ਦਿਓ ਤੇ 16ਵੇਂ ਦਿਨ ਤੇ ਤੁਸੀਂ ਦੇਖੋਗੇ ਕਿ ਤੁਹਾਡੀ ਜ਼ਿੰਦਗੀ ਬਦਲ ਜਾਏਗੀ ਉਹ ਕੀ ਹੈ ਉਹ ਤਾਂ ਮੈਂ ਇਨਸਾਨ ਦਾ ਲਾਈਫ ਸਟਾਈਲ ਚੇਂਜ ਕਰਦਾ ਉਹ ਕਿਵੇਂ ਲਾਈਫ ਸਟਾਈਲ ਚੇਂਜ ਕਰਦਾ ਅੱਜ ਦੇਖੋ ਤੁਸੀਂ ਆਮ ਤੌਰ ਤੇ ਘਰਾਂ ਦੇ ਵਿੱਚ ਕੀ ਹੋ ਰਿਹਾ ਹੈ ਸੀਰੀਅਲ ਚੱਲ ਰਹੇ ਨੇ ਹਮ ਟੀਵੀ ਸੀਰੀਅਲ ਹਮ ਟੀਵੀ ਸੀਰੀਅਲ ਦੇਖ ਰਹੀਆਂ ਲੜਕੀਆਂ ਹਮ ਹਮ ਔਰ ਕੋਈ ਐਸਐਸਐ ਮਿਊਜ਼ਿਕ ਆ ਗਿਆ ਜੋ ਸਹੀ ਨਹੀਂ ਹੈਗੇ ਹਮ ਮੈਂ ਡੀਟੇਲ ਚ ਆਪਣੇ ਆਪ ਸਮਝੋ ਮੈਂ ਕੀ ਕਹਿਣਾ ਚਾਹੁੰਦਾ ਹਮ ਹਮ ਮੈਂ ਕੀ ਕਹਿਣਾ ਤੁਸੀਂ ਘਰ ਦੇ ਵਿੱਚ ਜਦੋਂ ਭੋਜਨ ਬਣਾਉਨੇ ਹੋ ਕਿ ਆ ਸਾ ਮਿਊਜ਼ਿਕ ਲੋਜ ਮੇ ਹਰੀਰਾ ਮਹਾਰਿਸ਼ਨਾ ਹਮ ਮੂਲ ਮੰਤਰ ਦਾ ਜਾਪ ਕਰਵਨ ਨਾਲ ਤੁਸੀਂ ਦੇਖੋਗੇ ਉਸ ਰੋਟੀ ਦੀ ਅਲਰਜੀ ਕਈ ਗੁਣਾ ਬਾਹ ਬੱਜੂਗੀ ਪੋਜ਼ਿਟਿਵ ਹੋ ਜਾਏ ਪੋਜ਼ਿਟਿਵਿਟੀ ਹੋ ਜਾਊਗੀ ਮੈਂ ਕਰਦੇ ਵੀ ਸਿਰਫ ਪੋਜ਼ਿਟਿਵਿਟੀ ਪੈਦਾ ਕਰਦਾ ਇਨਸਾਨ ਦੇ ਹਮ ਜਦੋਂ ਕਰਦੇ ਵਿੱਚ ਪੋਜ਼ਿਟਿਵਿਟੀ ਹੋਊਗੀ ਤਾਂ ਆਟੋਮੈਟਲੀ 15 ਦਾ ਜ਼ਿੰਦਗੀ ਬਦਲ ਜਾਣੀ ਹੈ ਹਮ ਸੈਂਸ ਸ਼ੀਲਤਾ ਸਿਖਾਉਣਾ ਲੋਕਾਂ ਨੂੰ ਹਮ ਉਹ ਕਿਵੇਂ ਸੈਂਸ ਸ਼ੀਲਤਾ ਇਕਨੇ ਕਿਆ ਦੂਸਰਾ ਚੁੱਪ ਕਰੋ ਪੇਸ਼ੈਂਸ ਪੇਸ਼ੈਂਸ ਹਮ ਆਜੀ ਰਦੇ ਵਿੱਚ ਮੈਂ ਕਹਿੰਦਾ ਮੇਰੇ ਸ਼ਬਦ ਤੁਸੀਂ ਬੜੇ ਸੁਨੇ ਹੋਨੇ ਆ ਕਿ ਇੱਕ ਇਨਸਾਨ ਅੱਗ ਬੰਦ ਹੈ ਦੂਸਰਾ ਪਾਣੀ ਬ ਹੂੰ ਹੂੰ ਇੱਕ ਅਗਨੀ ਮੰਨਦੇ ਤੁਸੀਂ ਜਲ ਤਾਰ ਬਨੋ ਹੂੰ ਯਾਨੀ ਪੇਸ਼ੈਂਸ ਤੁਹਾਡੇ ਅੰਦਰ ਆਣੀ ਚਾਹੀਦੀ ਹੈ ਹੂੰ ਜੋ ਆਪਣੇ ਪਰਿਵਾਰ ਦੀ ਲੋਕ ਨਹੀਂ ਸੁਣਦੇ ਸਾਡੀ ਸੁਣ ਲੈਂਦੇ ਆ ਹੂੰ ਸਾਡੀ ਸੁਣ ਕੇ ਥੋੜੀ ਪੇਸ਼ੈਂਸ ਲੈ ਕੇ 15 ਜਿੰਦਗੀ ਬਚ ਜਾਂਦੀ ਹੈ ਹੂੰ 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 ਅਸੀਂ ਕੁਝ ਨਹੀਂ ਕਰਦੇ ਅਸੀਂ ਹਰ ਇਨਸਾਨ ਦੇ ਘਰ ਦੇ ਵਿੱਚ ਸਿਰਫ એનર્ਜੀ ਚੇਂਜ ਕਰਦੇ ਹਾਂ ਹੂੰ 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 ਉਹਦੇ ਅੰਦਰ ਪੋਜ਼ਿਟਿਵਿਟੀ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਆ ਅਸੀਂ ਹੂੰ ਔਰ ਇਨਸਾਨ ਨੂੰ ਅੱਗੇ ਬਦਲਣ ਲਈ ਇੱਕੋ ਚੀਜ਼ ਦੀ ਜ਼ਰੂਰਤ ਹੈ ਸਿਰਫ ਪੋਜ਼ਿਟਿਵਿਟੀ

ਕੀ ਲੱਖ ਦਾ ਤਪીર ਲੋਕਾਂ ਨੂੰ ਕਰੋੜਪਤੀ ਬਣਾ ਸਕਦੇ ਹਨ ਦੇਖੋ ਕੋਈ ਕਨੇ ਲੱਖ ਦਾ ਤਪીર ਕਿਉਂ ਹ ਤੁਸੀਂ ਪਰਟੀਕুলਰ ਲੱਖ ਦਾ ਤਪીર ਦੀ ਗੱਲ ਨਾ ਕਰੋ ਕੋਈ ਵੀ ਦੇਵੀ ਦੇਵਤਾ ਕੋਈ ਵੀ ਪੀਰ ਫਕੀਰ ਕੀ ਕਿਸੇ ਨੂੰ ਕਰੋੜਪਤੀ ਬਣਾ ਸਕਦਾ ਬਿਲਕੁਲ ਬਣਾ ਸਕਦਾ ਜੀ ਹਮ ਲੇਕਿਨ ਮੇਰਾ ਮੰਨਣਾ ਹੈ ਵੀ ਤੁਸੀਂ ਕਿਸੇ ਦੇਵੀ ਦੇਵਤੇ ਕੋਲ ਕਰੋੜਪਤੀ ਬਣਨ ਲਈ ਜਾਣਾ ਹੀ ਨਹੀਂ ਹੈਗਾ ਜਾਣਾ ਹੀ ਨਹੀਂ ਤੂੰ ਚੋਦਾ ਬਣ ਲਈ ਜਾਣਾ ਹੈ ਜਿਸੇ ਕਰੋੜਪਤੀ ਬਣ ਲਈ ਜਾ ਰਹੇ ਹੋ ਤੁਸੀਂ ਬਹੁਤ ਪਿੱਛੇ ਵਾਲੇ ਅਸੀਂ ਪਿਤਾ ਨੂੰ ਆਪਣੀ ਪ੍ਰੋਬਲਮ ਦੱਸਣੀ ਹੈ ਉਹਦਾ ਹੱਲ ਨਹੀਂ ਦੱਸਦਾ ਡਾਕਟਰ ਨੂੰ ਜਾ ਕੇ ਅਸੀਂ ਆਪਣੀ ਪ੍ਰੋਬਲਮ ਦੱਸਨੀ ਹੈ ਮੈਡੀਸਨ ਨਹੀਂ ਦੱਸਣੀ ਆਏਗੀ ਹੂੰ 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 ਡਾਕਟਰ ਕੋਲ ਜਾ ਕੇ ਸੀ ਆਪਣੀ ਪ੍ਰੋਬਲਮ ਦੱਸ ਦੇਣਾ ਮੈਡੀਸਨ ਨਹੀਂ ਦੱਸ ਦੇਗੇ ਹੂੰ ਮੈਡੀਸਨ ਨਾ ਉਹਨੇ ਦੇਖਣਾ ਕਿ ਸ਼ੂਟ ਕਰਦੀ ਇਹਨੂੰ ਹੂੰ ਅਸੀਂ ਆਪਣੀ ਪ੍ਰੋਬਲਮ ਦੱਸਦੇ ਨਹੀਂ ਮੇਰੀ ਆ ਪ੍ਰੋਬਲਮ ਫਾਈਨੈਂਸ਼ਲੀ ਆ ਪ੍ਰੋਬਲਮ ਚੱਲ ਰਹੀ ਹੈ ਹੈਲਥ ਦੀ ਆ ਪ੍ਰੋਬਲਮ ਚੱਲ ਰਹੀ ਹੈ ਉਸ ਤੋਂ ਬਾਅਦ ਉਹਨਾਂ ਨੇ ਦੇਖਣਾ ਹੂੰ ਹੂੰ ਖਾਲੀ ਲੱਗਦਾ ਤਾਂ ਪੀਰ ਤੇ ਆਪਾ ਹੈਲਥਸ਼ੀਅਰ ਸਰਕਾਰ ਨਹੀਂ ਹੂੰ ਹਰ ਦੇਵੀ ਦੇਤਾ ਹਰ ਪੀਰ ਫਕੀਰ ਹਰ ਗੁਰੂ ਹੂੰ ਸਭ ਕੁਝ ਦੇਣ ਨੂੰ ਤਿਆਰ ਹੈ ਲੇਕਿਨ ਸਰੈਂਡਰ ਹੋ ਕੇ ਤਾਂ ਦੇਖੋ ਇੱਕ ਵਾਰ ਸਰੈਂਡਰ ਹੋਣਾ ਪਏਗਾ ਉਹਦੇ ਲਈ ਜ਼ਰੂਰੀ ਹੈ